ਸਿਮਰਨ ਜੀ ਸਵੇਰੇ ਸਵੇਰੇ ਸਫਾਈ ਅਭਿਆਨ ਦੇ ਵਿੱਚ ਲੱਗੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣੇ ਅਸੀਂ ਆਪਣਾ ਪ੍ਰਸ਼ਾਦਾ ਪਾਣੀ ਛੱਕ ਕੇ ਹਟੇ ਹਾਂ ਜੀ ਅਗਲੇ ਦਿਨ, ਅਤੇ ਮੈਂ ਉਹ ਬਸ ਤੁਹਾਨੂੰ ਦਿਖਾ ਨਹੀਂ ਪਾਇਆ, ਅਸੀਂ ਭੁੱਖ ਇੰਨੀ ਜ਼ਿਆਦਾ ਲੱਗੀ ਹੋਈ ਸੀ। ਸਿਮਰਨ ਜੀ ਵਲੌਗ ਹੀ ਭੁੱਲ ਗਿਆ, ਵਲੌਗ ਵੀ ਬਣਾਉਣਾ ਸੀਗਾ। ਆਹੋ, ਚਲੋ ਖੈਰ ਕੋਈ ਗਈ। ਇਹ ਸਾਡੀ ਛੋਟੀ ਜਿਹੀ ਕਿਚਨ ਹੈ ਜੀ ਸਾਡੇ ਅਪਾਰਟਮੈਂਟ ਦੀ, ਜਿੱਥੇ ਅਸੀਂ ਰਹਿ ਰਹੇ ਹਾਂ ਜੀ। ਅਤੇ ਜਿਹੜਾ ਥੋੜ੍ਹਾ ਬਹੁਤਾ ਸਮਾਨ ਚਾਹੀਦਾ ਸੀ ਉਹ ਜਿੱਦਾਂ ਕਿ ਤੁਹਾਨੂੰ ਕੱਲ੍ਹ ਦਿਖਾਇਆ ਸੀਗਾ ਉਹ ਅਸੀਂ ਲੈ ਹੀ ਲਿਆ। ਆਹ ਥੋੜ੍ਹਾ ਬਹੁਤਾ ਸਮਾਨ ਪਿਆ, ਸੋਰੀ ਹੈਂ, ਮੈਂ ਜਿੱਦਾਂ ਦਾ ਛੱਡਿਆ ਸੀਗਾ ਉੱਦਾਂ ਦਾ ਕਰਤਾ। ਹਾਂ, ਇੱਥੇ ਆਪਾਂ ਖਾਣਾ ਖਾਧਾ ਜੀ। ਸੋ ਵਧੀਆ ਕਿਊਟ ਜਿਹਾ ਅਪਾਰਟਮੈਂਟ ਹੈ ਜੀ, ਛੋਟਾ ਜਿਹਾ, ਦੋ ਰੂਮਸ ਹੈ। ਅਤੇ ਬਾਕੀ ਦਿੰਦੇ ਹਾਂ ਜੀ ਅਪਡੇਟਾਂ ਤੁਹਾਨੂੰ ਸਾਰੀਆਂ। ਸੋ ਜੀ ਚੱਲੇ ਹਾਂ ਜੀ ਅਸੀਂ ਕੀਰਤਨ 'ਤੇ, ਅਤੇ ਅੱਜ ਅਸੀਂ ਕਿਤੇ ਘੁੰਮਣ ਫਿਰਨ ਨਹੀਂ ਗਏ, ਅੱਜ ਸਿਰਫ ਰੈਸਟ ਕੀਤੀ, ਥੋੜ੍ਹਾ ਬਹੁਤ ਰਿਆਜ਼ ਕੀਤਾ, ਅਤੇ ਇੱਥੇ ਖਾਣਾ ਖਾ ਲਿਆ, ਅਤੇ ਹੁਣ ਜਾ ਰਹੇ ਹਾਂ ਜੀ ਅਸੀਂ ਕੀਰਤਨ 'ਤੇ ਸ਼ਾਮ ਦੇ ਦੀਵਾਨ। ਅਤੇ ਆਓ ਆਪਾਂ ਚੱਲਦੇ ਹਾਂ ਅਤੇ ਤੁਹਾਨੂੰ ਸਾਰੀਆਂ ਅਪਡੇਟਾਂ ਦਿੰਦੇ ਹਾਂ ਜੀ। ਸਿਮਰਨ ਜੀ ਵੀ ਰੈਡੀ ਨੇ ਬਿਲਕੁਲ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜੀ ਬਿਲਕੁਲ ਤਿਆਰ ਬਰ ਤਿਆਰ, ਚੱਲੀਏ ਜੀ। ਰੈਸਟ ਚੰਗਾ ਹੋ ਗਿਆ, ਅੱਜ ਰੈਸਟ ਹੀ ਕੀਤੀ ਬਸ ਆਪਾਂ। ਅਤੇ ਪਹਿਲਾਂ ਮਨ ਸੀਗਾ ਕਿਤੇ ਜਾਈਏ ਬਾਹਰ ਘੁੰਮਣ ਫਿਰਨ, ਪੈਦਲ ਕਿਤੇ ਨਿਕਲ ਜਾਈਏ, ਅਤੇ ਪਰ ਕਹਿ ਲਓ ਵੀ ਮਨ ਨਹੀਂ ਮੰਨਿਆ, ਸੋਚਿਆ ਵੀ ਚਲੋ ਆਰਾਮ ਹੀ ਕਰਦੇ ਹਾਂ ਅੱਜ, ਅਤੇ ਚੱਲਦੇ ਹਾਂ ਜੀ। ਸੋਰੀ, ਆ ਪਿੱਛੇ ਕੱਪੜੇ ਪਏ ਹੋਏ ਮੇਰੇ, ਇਹ ਧੋਤੇ ਹੋਏ ਨੇ, ਅਤੇ ਇੱਦਾਂ ਹੀ ਹੈ ਉਹ ਸਾਰਾ, ਫਿਰ ਸੁੱਕਣੇ ਸਭ ਅਸੀਂ ਆਪੇ ਕਰ ਲਈਦਾ ਇੱਥੇ ਜਦੋਂ ਬਾਹਰ ਕਿਤੇ ਆਈਦਾ ਨਾ। ਅਕੋਮੋਡੇਸ਼ਨ ਇੱਦਾਂ ਦੀ ਹੋਵੇ ਨਾ ਅਤੇ ਜਿੱਥੇ ਸਾਰਾ ਕੁਛ ਤੁਹਾਨੂੰ ਮਿਲ ਜਾਂਦਾ, ਕੱਪੜੇ ਧੋਣ ਵਾਸਤੇ ਵੀ, ਕਿਚਨ ਵੀ, ਅਤੇ ਅਸੀਂ ਫਿਰ ਸਾਰਾ ਕੁਛ ਆਪੇ ਕਰ ਲਈਦਾ। ਚੱਲੀਏ ਜੀ, ਬਾਕੀ ਅਪਡੇਟਾਂ ਕਰਦੇ ਹਾਂ। ਵਾਹ ਕਿਆ ਬਾਤ ਹੈ, ਓਹੋ ਹੋ ਹੋ ਕਿਆ। ਆਏ ਨਹੀਂ ਜੀ ਰੈਡੀ ਪੂਰੇ ਜੀ ਐਨ ਇੱਕਦਮ। ਅੱਛਾ, ਇੱਕ ਨੋਟਿਸ ਕੀਤਾ ਗੱਲ ਕੀ ਭਲਾ, ਇਹ ਜਦੋਂ ਆਪਾਂ ਏਸ਼ੀਅਨ ਮੁਲਕਾਂ ਜਾਂਦੇ ਹਾਂ ਇੱਥੇ ਇੱਕ ਅਲੱਗ ਜਿਹੀ ਸਮੈਲ ਆਉਂਦੀ ਹੈ। ਹਾਂ, ਉਹ ਤਾਂ ਏਅਰਪੋਰਟ ਤੋਂ ਉੱਤਰਦੇ ਹੀ ਪਤਾ ਲੱਗ ਜਾਂਦਾ ਵੀ ਹਾਂ ਏਸ਼ੀਅਨ ਮੁਲਕ 'ਚ ਆ ਗਏ ਹਾਂ ਕਿਸੇ। ਹਾਂ, ਸਿੰਗਾਪੁਰ, ਮਲੇਸ਼ੀਆ ਜੀ ਉੱਤਰਦੇ ਹਾਂ ਇੱਥੇ ਨਾ ਥੋੜ੍ਹੀ ਜਿਹੀ ਅਲੱਗ ਜਿਹੀ ਸਮੈਲ ਆਉਂਦੀ ਹੈ, ਪਤਾ ਨਹੀਂ ਕਿਸ ਚੀਜ਼ ਦੀ ਹੁੰਦੀ ਹੈ, ਮਤਲਬ ਬੈਡ ਸਮੈਲ ਨਹੀਂ, ਪੂਰੀ ਤਰ੍ਹਾਂ ਦੀ ਸਮੈਲ ਪਤਾ ਲੱਗ ਜਾਂਦਾ ਵੀ ਹਾਂ ਆਪਾਂ ਆਹ ਵਾਲੇ ਏਰੀਆ 'ਚ ਆ ਗਏ ਹਾਂ, ਕਿ ਆਪਾਂ ਇੱਥੇ ਸਿੰਗਾਪੁਰ ਜਾਂ ਥਾਈਲੈਂਡ ਜਾਂ ਮਲੇਸ਼ੀਆ ਦੀ ਨਾ ਸਮੈਲ ਇੱਕੋ ਜਿਹੀ ਹੁੰਦੀ ਹੈ ਇੱਥੋਂ ਦੇ ਵੈਦਰ ਦੀ ਨਾ, ਅਤੇ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਏਸ਼ੀਅਨ ਕਿਸੇ ਐਸੇ ਮੁਲਕ ਵਿੱਚ ਆ ਗਏ ਹਾਂ। ਲਓ ਜੀ ਆ ਗੱਡੀ ਆ ਗਈ ਹੈ, ਸਿੰਘ ਆ ਗਏ ਨੇ ਲੈਣ, ਅਤੇ ਅਸੀਂ ਜਾਵਾਂਗੇ ਹੁਣ ਗੁਰੂ ਘਰ ਇਸ ਗੱਡੀ 'ਚ ਸਾਜ ਦਾ। ਹਾਂਜੀ ਮਹਾਰਾਜ, ਕਿੱਦਾਂ ਦੀ ਕਲਾ ਭਾਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਸਭ ਕਿਰਪਾ। ਭਾਜੀ ਅਸੀਂ ਵੇਟ ਕਰ ਰਹੇ ਹਾਂ, ਟਾਈਮ ਹੋਣਾ ਬਸ 10 ਮਿੰਟ ਰਹਿ ਗਏ। ਵਾਹਿਗੁਰੂ ਜੀ ਕੀ ਫਤਿਹ ਜੀ। ਮਾਰ ਦਿੱਤੀ ਗਈ ਬੋਰੀਆਂ ਦੇ ਵਿੱਚ ਪਾ ਦਿੱਤਾ ਗਿਆ, ਮਾਂ ਗੁਜਰੀ ਉਹਨਾਂ ਦੇ ਹੱਥ ਪਿੱਛੇ ਬੰਨੇ ਗਏ। ਜਿਸ਼ਾਇਬ ਹੈ ਸਦਬੰਦ, ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ
ਕਿ ਮਿਰਚਾਂ ਦੇ ਨਾਲ ਸਾਸਕ ਜੀ ਕਰਦੇ ਸਾਵੀ ਜੀ ਅਸੀਂ ਆਏ ਹਾਂ ਜੀ ਇੱਥੇ ਛਕਣ ਸੋ ਜੀ ਅਸੀਂ ਆਏ ਹਾਂ ਜੀ ਇੱਥੇ ਇੱਕ ਰੈਸਟੋਰੈਂਟ ਹੈ ਇੱਥੇ ਬਜ਼ੁਰਗ ਮਾਤਾ ਜੀ ਨੇ ਅਤੇ ਉਹ ਬੜਾ ਪਿਆਰ ਨਾਲ ਖਵਾਉਂਦੇ ਨੇ ਚਾਈਨੀਜ਼ ਹੀ ਹੈ ਅਤੇ ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਹਾਂ ਵੀ ਸਾਡੇ ਵਾਸਤੇ ਵਧੀਆ ਜਿਹਾ ਬਣਾ ਦਿਓ ਅਤੇ ਉਹਨਾਂ ਨੂੰ ਮੈਨਿਊ ਦੱਸਣ ਦੀ ਵੀ ਲੋੜ ਨਹੀਂ ਹੈ ਉਹਨਾਂ ਨੂੰ ਪਤਾ ਹੀ ਇਹਨਾਂ ਨੇ ਕੀ ਖਾਣਾ ਕਿਉਂਕਿ ਉਹਨਾਂ ਨੂੰ ਪਤਾ ਕਿ ਪੱਤੇ ਪੁੱਤੇ ਜ਼ਿਆਦਾ ਪਸੰਦ ਕਰਦੇ ਆ ਵੈਜੀਟੇਬਲਸ ਜ਼ਿਆਦਾ ਪਸੰਦ ਕਰਦੇ ਆ ਉਹਨੇ ਸਾਨੂੰ ਪਛਾਣ ਵੀ ਲਿਆ ਕਹਿੰਦੇ ਮੈਂ ਤੁਹਾਨੂੰ ਪਛਾਣ ਲਿਆ ਕਾਫੀ ਟਾਈਮ ਬਾਅਦ ਆਇਆ ਤੁਸੀਂ ਸੋ ਬਹੁਤ ਚੰਗੀ ਬੀਬੀ ਹੈ ਜਾਪ ਸਿੰਘ ਨਾਮ ਸਾਨੂੰ ਮੈਂ ਚੌਥੀ ਪੀੜ੍ਹੀ ਇੱਥੇ ਰਹੇ ਸਿੰਗਾਪੁਰ 'ਚ ਸਾਨੂੰ 1901 ਦੇ ਆਏ ਹੋਏ ਅਸੀਂ ਇੱਥੇ ਹਾਂਜੀ ਬਟਾਲਾ ਦਾ ਪਿੰਡ ਹੈ ਆਪਣਾ ਕਿਹੜਾ ਬਟਾਲਾ 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 ਕਿ ਬਟਾਲਾ 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 ਬਟਾਲੇ ਦੇ ਉਹਦਾ ਪਿੱਛੋਂ ਚੌਥੀ ਪੀੜ੍ਹੀ ਹੈ ਜਾਪ ਸਿੰਘ ਖਾਣਾ ਬਹੁਤ ਹੀ ਅੱਛਾ ਕਿਵੇਂ ਬਲੌਗ ਵੇਖ ਕੇ ਦਲ ਝੋਟ ਜਾਂਦੇ ਸਾਰਿਆਂ ਦੇ ਬਲੌਗ ਦਾ ਫਿਰ ਇਹ ਹਿਸਾਬ ਨਾ ਸੋਚ ਸਮਝ ਕੇ ਲੈਣਾ ਪੈਂਦਾ ਆਪਾਂ ਨੂੰ ਜਿੱਦਾਂ ਹੁਣ ਤੂੰ ਬੋਲ ਰਿਹਾ ਸੋਚ ਸਮਝ ਕੇ ਮੈਂ ਜਦੋਂ ਕੈਮਰਾ ਔਨ ਹੋ ਜਾਂਦਾ ਨਾ ਸਾਰਿਆਂ ਦੀ ਟੋਨ ਜਿਹੜੀ ਹੈ ਨਾ ਹੋਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਘਬਰਾਏ ਘਬਰਾਏ ਦੇ ਲਓ ਜੀ ਅੱਜ ਪਰਮਿੰਦਰ ਸਿੰਘ ਦਾ ਜਨਮ ਦਿਨ ਹੈ ਬਹੁਤ ਸੁਰੀਲਾ ਬੱਚਾ ਵਾਹਿਗੁਰੂ ਦੀ ਕਿਲਾ ਬਖਸ਼ਣ ਅਤੇ ਹੁਣ ਹੁਣ ਕੇਕ ਕੱਟਿਆ ਜੀ
ਸਾਰਿਆਂ ਨਾਲ ਮਿਲ ਕੇ ਅਸੀਸ ਦਿੱਤੀ ਹੈ ਬੱਚੇ ਨੂੰ ਚੜ੍ਹਦੀ ਕਲਾ। ਚਲੋ ਜੀ ਅਸੀਂ ਪਹੁੰਚ ਗਏ ਹਾਂ ਜੀ ਵਾਪਸੀ 'ਤੇ, ਅਤੇ ਜਾਪ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਦਾ ਖਾਣਾ ਚਖਾਇਆ, ਅਤੇ ਬਹੁਤ ਵਧੀਆ ਨੇਚਰ ਮੁੰਡੇ ਦਾ। ਅਤੇ ਆ ਪਿੱਛੇ ਮੈਂਬਰਿੰਗ ਜੀ, ਕੀ ਨਾਮ ਤੇਰਾ? ਮਨਦੀਪ, ਮਨਪ੍ਰੀਤ, ਮਨਪ੍ਰੀਤ ਸਿੰਘ। ਇਹਦਾ ਕਿਸੇ ਕਰਕੇ ਅਸੀਂ ਨਾ ਕਿਸੇ ਰੀਜ਼ਨ ਕਰਕੇ ਇਹਦਾ ਨਾਮ ਰੱਖਿਆ ਮੈਂਬਰਿੰਗ। ਬਾਕੀ ਜਾਪ ਸਿੰਘ ਦਾ ਬਹੁਤ ਧੰਨਵਾਦ, ਫਿਰ ਮਿਲਦੇ ਹਾਂ ਆਪਾਂ ਜਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ ਨੇ ਇੱਕ ਬੜੀ ਵਧੀਆ ਚੀਜ਼ ਦੱਸੀ ਆ। ਹਾਂ ਭਾਜੀ ਡਿੱਗੀ ਖੋਲੀ, ਮੈਂ ਟਰਾਈ ਕਰਾਂ। ਇੱਧਰ ਦੇਖਿਓ ਉਹ। ਅੱਛਾ ਭਾਜੀ ਪਿਆਰੀ, ਮਤਲਬ ਥੱਲੇ ਨੂੰ ਲੱਤ ਮਾਰਨੀ ਪੈਂਦੀ ਏਦਾਂ ਕਰਨਾ ਪੈਂਦਾ ਇੱਕ ਵਾਰ। ਅੱਛਾ ਵਾਹ ਵਾਹ, ਇਹ ਨਵੀਂ ਚੀਜ਼ ਕੱਢੀ ਆ ਸਿਮਰਨ। ਅੱਛੀ ਚੀਜ਼ ਆ ਨਾ। ਹਾਂ ਉਹ ਸੈਂਸਰ ਲੱਗਿਆ ਥੱਲੇ। ਹਾਂ ਤੇ ਐ ਕਰੋ ਤੇ ਬਸ। ਦੁਬਾਰਾ ਕਰੀ ਪੁੱਠੀ ਲੱਤ ਕਰਨੀ ਪੈਣੀ ਏਦਾਂ। ਹੁਣ ਨਹੀਂ ਪੁੱਠੀ ਪਾਸੇ ਰਾਈਟ ਸਾਈਡ ਤੋਂ ਵਾਹ ਵਾਹ। ਇਹ ਇਹ ਚੀਜ਼ ਇਹ ਕਿੱਦਾਂ ਦਾ ਸਿਸਟਮ ਹੋਇਆ ਵੀ ਲੱਤ ਘੁਮਾ ਕੇ? ਵਾਹ ਵਾਹ, ਆਪਣੇ ਇੱਥੇ ਚਾਬੀ ਹੈ ਆਪਣੇ ਹੱਥ 'ਚ। ਅੱਛਾ ਬੇਸ਼ੱਕ ਇਹ ਮਾਰ ਰਹੇ ਆ ਚਾਬੀ ਮੇਰੇ ਇਹਦੇ 'ਚ, ਉਹ ਪੂਰਾ ਸੈਂਸ ਕਰ ਲੈਂਦੀ ਹੈ ਇਹ ਕਿ। ਅੱਛਾ 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 ਅੱਛਾ, ਇਹਦਾ ਵਰਤੋਂ ਕੀ ਹੈ ਕਿ ਸਮਾਨ ਫੜਿਆ ਆਪਾਂ ਨਾਲ ਹੀ ਨਾਲ ਹੈ। ਅੱਛਾ ਵਾਹ ਵੀ ਵਾਹ, ਇਹ ਨਵੀਆਂ ਨਵੀਆਂ ਚੀਜ਼ਾਂ ਕਲਾ ਕਰਦੀਆਂ ਹੈ। ਚਲੋ ਜੀ ਸਾਡੀ ਵੀ ਲੱਤ ਚੱਲਦੀ ਹੈ। ਕੀ ਬਾਤ ਹੈ।